ਹੈਲੋ ਏਵਰੀਵਨ, ਕਿਵੇਂ ਤੁਸੀਂ ਸਾਰੇ ਨੇ? ਮੈਂ ਹਾਂ ਅਮਿਤ, ਇਸ ਸਭ ਦਾ ਪਾਠਸ਼ਾਲਾ ਤੇ ਬਹੁਤ ਬਹੁਤ ਸਵਾਗਤ ਕਰਦਾ। ਆਈ ਹੋਪ ਤੁਸੀਂ ਸਟੱਡੀ ਹੈ ਜਿਹੜੀ ਉਹ ਤਰੀਕੇ ਨਾਲ ਕਰ ਰਹੇ ਹੋਣਗੇ, ਆਉਣ ਵਾਲੇ ਪੇਪਰਾਂ ਦੀ ਤਿਆਰੀ ਹੈ ਜਿਹੜੀ ਵਧੀਆ ਤਰੀਕੇ ਨਾਲ ਕਰ ਰਹੇ ਹੋਣਗੇ, ਨਾਲ ਨਾਲ ਕਰੰਟ ਅਫੇਅਰਸ ਵੀ ਪੜ੍ਹ ਰਹੇ ਹੋਣਗੇ, ਠੀਕ ਹੈ? ਸੋ ਜਿਹੜੇ ਬੱਚੇ ਚੈਨਲ ਤੇ ਪਹਿਲੀ ਵਾਰੀ ਆਏ ਨੇ, ਚੈਨਲ ਨੂੰ ਕਰ ਲਓ ਸਬਸਕ੍ਰਾਈਬ, ਕਿਉਂਕਿ ਅਸੀਂ ਪ੍ਰੋਵਾਈਡ ਕਰਵਾ ਰਹੇ ਹਾਂ ਤੁਹਾਨੂੰ ਕਰੰਟ ਅਫੇਅਰਸ ਡੇਲੀ ਦੇ ਡੇਲੀ, ਰਾਈਟ? ਸੋ ਕਰੰਟ ਅਫੇਅਰ ਦੇ ਨਾਲ ਨਾਲ ਸਾਡੀਆਂ ਲੱਗਦੀਆਂ ਨੇ ਲਾਈਵ ਕਲਾਸਿਸ, ਜੋ ਸ਼ਾਮ ਨੂੰ 7 ਵਜੇ ਮਿਲ ਜਾਣਗੀਆਂ, ਠੀਕ ਹੈ? ਸੋ GS ਦੀਆਂ ਲਾਈਵ ਕਲਾਸਿਸ ਵੀ ਤੁਸੀਂ ਫ੍ਰੀ ਆਫ ਕੋਸਟ ਲੈ ਸਕਦੇ ਹੋ, ਤੇ ਕਰੰਟ ਅਫੇਅਰਸ ਨੇ ਜਿਹੜੇ ਉਹ ਵੀ ਤੁਸੀਂ ਫ੍ਰੀ ਆਫ ਕੋਸਟ ਤੁਸੀਂ ਸੁਣ ਸਕਦੇ ਹੋ, ਦੇਖ ਸਕਦੇ ਹੋ, ਠੀਕ ਹੈ? ਸੋ ਸਟਾਰਟ ਕਰਦੇ ਹਾਂ ਅੱਜ ਦੇ ਇਸ ਮੋਟੀਵੇਸ਼ਨ ਕੋਡ ਤੋਂ। ਇਫ ਯੂ ਕੈਨ ਚੇਂਜ ਯੂਅਰ ਮਾਇੰਡ, ਯੂ ਕੈਨ ਚੇਂਜ ਯੂਅਰ ਲਾਈਫ। ਤੇ ਅਗਰ ਤੁਸੀਂ ਆਪਣਾ ਮਾਇੰਡ ਨੂੰ ਚੇਂਜ ਜਾਂ ਸੈੱਟ ਕਰ ਸਕਦੇ ਹੋ ਕਿਸੇ ਵੀ ਚੀਜ਼ ਵੱਲ, ਰਾਈਟ? ਸੋ ਤੁਸੀਂ ਸਾਰੇ ਜਣੇ ਗਵਰਨਮੈਂਟ ਐਗਜ਼ਾਮ ਦੀ ਤਿਆਰੀ ਕਰ ਰਹੇ ਹੋ, ਸੋ ਸਭ ਨੇ ਇੱਕ ਮਾਇੰਡ ਤਾਂ ਬਣਾ ਲਿਆ ਜ਼ਰੂਰ, ਠੀਕ ਹੈ? ਜੇ ਮਾਇੰਡ ਬਣਾਉਣ 'ਤੇ ਮਾਇੰਡ 'ਤੇ ਸਸਟੇਨ ਰਹਿਣਾ ਬਹੁਤ ਜ਼ਰੂਰੀ ਹੈ, ਪਹਿਲੀ ਗੱਲ। ਦੂਜੀ ਗੱਲ ਇਹ ਹੈ ਕਿ ਅਗਰ ਕਈ ਮਾਇੰਡ ਬਣਾ ਲਿਆ ਅਤੇ ਉਹਦੇ ਵੱਲ ਤੁਰ ਪਏ ਤਾਂ ਤੁਹਾਡੀ ਲਾਈਫ ਹੈ ਜਿਹੜੀ ਉਹ ਹੁਣ ਚੇਂਜ ਹੋਣ ਵਾਲੀ ਹੈ, ਇਹ ਤੁਸੀਂ ਯਾਦ ਰੱਖਿਓ ਮੇਰੀ ਗੱਲ, ਠੀਕ ਹੈ? ਸੋ ਇਹੀ ਅੱਜ ਦਾ ਮੋਟੀਵੇਸ਼ਨ ਕੋਡ। ਸਭ ਤੋਂ ਪਹਿਲਾਂ ਡਿਸਕਸ਼ਨ ਆਫ ਦਾ ਲਾਸਟ ਡੇ ਕੁਸ਼ਚਨ, ਮੈਂ ਕੁਸ਼ਚਨ ਪੁੱਛਿਆ ਸੀਗਾ ਕਿ ਵਰਡ ਬੀ ਡੇ, ਵਰਡ ਬੀ ਡੇ ਜਿਹਨੂੰ ਮਧੂ ਮੱਖੀ ਦਿਵਸ ਬੋਲਦੇ ਆ ਵਿਸ਼ਵ ਲੈਵਲ ਦੇ ਉੱਤੇ, 2024 'ਚ ਜਿਹੜਾ ਸੈਲੀਬ੍ਰੇਟ ਹੁੰਦਾ ਹੈ ਉਹਦੀ ਥੀਮ ਕੀ ਸੀ, ਠੀਕ ਹੈ? ਸੋਰੀ, ਥੀਮ 'ਚ ਆਪਾਂ ਗੱਲ ਕਰਦੇ ਹਾਂ, ਸਭ ਤੋਂ ਪਹਿਲਾਂ ਉਹ ਦਿਨ ਹੈ ਜਿਹੜਾ ਉਹ 20 ਮਈ ਨੂੰ ਮਨਾਇਆ ਗਿਆ, ਐਂਟੋਨ ਜੈਨਸਾ, ਜੋ ਕਿ ਬਰਥ ਐਨਵਰਸਰੀ ਇਹਨਾਂ ਦੀ ਹੈ, ਇਹ ਪਰਸਨ ਨੇ ਜੋ ਕਿ ਮਧੂ ਮੱਖੀਆਂ ਦਾ ਪਾਲਣ ਪੋਸ਼ਣ ਕਰਦੇ ਸੀ, ਪਾਲਣਹਾਰ ਸੀਗੇ, ਲਾ ਲਓ ਵੀ ਪਾਲਦੇ ਸੀ, ਠੀਕ ਹੈ? ਸੋ ਯੂਨਾਈਟਿਡ ਨੇਸ਼ਨ ਨੇ 2017 ਦੇ ਵਿੱਚ ਇਸਟੈਬਲਿਸ਼ ਕੀਤਾ ਦਿਨ। 2024 ਦੀ ਜੇ ਆਪਾਂ ਗੱਲ ਕਰਦੇ ਹਾਂ ਥੀਮ, ਤਾਂ ਉਹ ਕੀ ਸੀ ਜੀ? ਬੀ ਇੰਗੇਜਡ ਵਿਦ ਯੂਥ। ਐਕਚੁਅਲ ਦੇ ਵਿੱਚ ਜਿਹੜੀਆਂ ਮਧੂ ਮੱਖੀਆਂ ਨੇ ਉਹਦਾ ਵੀ ਪੂਰੀ ਦੀ ਪੂਰੀ ਲਾਈਫ ਦੇ ਉੱਤੇ ਅਸਰ ਪੈਂਦਾ ਹੈ, ਬਾਇਓਡਾਇਵਰਸਿਟੀ ਦੇ ਉੱਤੇ ਅਸਰ ਪੈਂਦਾ ਹੈ, ਐਗਰੀਕਲਚਰ ਦੇ ਉੱਤੇ ਅਸਰ ਪੈਂਦਾ ਹੈ, ਫੂਡ ਸਿਕਿਉਰਿਟੀ ਦੇ ਅਸਰ ਪੈਂਦਾ ਹੈ, ਇੱਕ ਤਾਂ ਬਹੁਤ ਸਾਰਾ ਉਹਦੇ ਇੰਪੋਰਟੈਂਟ ਰੋਲ ਨੇ। ਤਾਂ ਇਹ ਚੀਜ਼ਾਂ, ਇਹ ਦਿਨ ਹੈ ਜਿਹੜਾ ਉਹ ਸਾਨੂੰ ਦਿਖਾਉਂਦਾ ਹੈ। ਤਾਂ ਬੀ ਕੰਜ਼ਰਵੇਸ਼ਨ ਹੈ ਜਿਹੜੀ ਐਫਰਟਸ ਜਿਹੜੀਆਂ ਨੇ, ਉਹ ਕਹਿੰਦੇ ਨੇ ਕਿ ਯੂਥ ਨੂੰ ਲੈ ਲੈਣੀਆਂ ਚਾਹੀਦੀਆਂ ਨੇ, ਤਾਂ ਕੁਛ ਇਹੋ ਜਿਹੇ ਕੰਮ ਵੀ ਕਰਨੇ ਚਾਹੀਦੇ ਨੇ ਯੂਥ ਨੂੰ, ਠੀਕ ਹੈ? ਸੋ ਇਹ ਕਹਿਣਾ ਹੈ ਇਸ ਥੀਮ ਦਾ। ਸੋ ਇਹ ਸੀਗਾ ਜੀ ਅੱਜ ਦਾ ਆਂਸਰ, ਤੇ ਬੈਸਟ ਆਂਸਰ ਦੇ ਵਿੱਚ ਕਾਜਲ ਰਾਣੀ, ਹਰਵਿੰਦਰ ਤੇ ਮਾਨ ਕੌਰ ਨੇ ਇਹਦਾ ਆਂਸਰ ਸਹੀ ਦੱਸਿਆ, ਤੇ ਇਹਦੀ ਥੀਮ ਵੀ ਬਿਲਕੁਲ ਸਹੀ ਦੱਸਿਆ ਜੀ, ਬੀਇੰਗ ਇੰਗੇਜਡ ਵਿਦ ਯੂਥ, ਠੀਕ ਹੈ? ਸੋ ਰਾਈਟ ਆਂਸਰ, ਥੈਂਕ ਯੂ ਸੋ ਮਚ ਸਟੂਡੈਂਟਸ। ਇੰਟਰਨੈਸ਼ਨਲ ਡੇ ਫਾਰ ਬਾਇਓਲੋਜੀਕਲ ਡਾਇਵਰਸਿਟੀ, 22 ਮਈ ਨੂੰ ਸੈਲੀਬ੍ਰੇਟ ਹੁੰਦਾ ਹੈ ਜੈਵਿਕ ਵਿਭਿੰਨਤਾ ਲਈ ਅੰਤਰਰਾਸ਼ਟਰੀ ਦਿਵਸ। ਸੋ ਬਾਇਓਡਾਇਵਰਸਿਟੀ ਕੀ ਚੀਜ਼ ਹੁੰਦੀ ਹੈ? ਸਿੰਪਲ ਜੀ ਗੱਲ ਸਮਝ ਲਓ, ਆ ਤੁਹਾਡੇ ਸਾਹਮਣੇ ਇੱਕ ਫੋਟੋ ਦਿਖ ਹੀ ਰਹੀ ਹੈ। ਸੋ ਜਿਹੜਾ ਇਹ ਮੰਕੀ ਘੁੰਮ ਰਿਹਾ, ਇੱਥੇ ਲਾਇਨ ਹੈ, ਠੀਕ ਹੈ? ਇੱਥੇ ਕੱਛੂ ਕੰਮਾ ਵੀ ਹੈ, ਸਵੈਨ ਵੀ ਹੈ, ਠੀਕ ਹੈ? ਚੁਚੰਦਰ ਹੈ, ਐਲੀਫੈਂਟ ਹੈ, ਫੁੱਲ ਨੇ, ਪੱਤੀਆਂ ਨੇ, ਪੇੜ ਨੇ, ਦਰਖਤ ਨੇ, ਝਾੜੀਆਂ ਨੇ, ਪਾਣੀ ਹੈ। ਤਾਂ ਇਹ ਸਾਰਾ ਕੁਝ ਕੀ ਹੈ? ਡਾਇਵਰਸਿਟੀ ਹੈ। ਲੇਕਿਨ ਬਾਇਓਡਾਇਵਰਸਿਟੀ ਕੀ ਚੀਜ਼ ਹੈ? ਜਿਹੜੀਆਂ ਚੀਜ਼ਾਂ ਜੀਵਿਤ ਨੇ, ਸਾਰੀਆਂ ਚੀਜ਼ਾਂ ਜੀਵਿਤ ਨੇ, ਪਲਾਂਟਸ ਵੀ ਜੀਵਿਤ ਨੇ, ਤੇ ਜਿਹੜੀਆਂ ਚੀਜ਼ਾਂ ਬਾਇਓ ਨਾਲ ਲਿੰਕਡ ਹੁੰਦੀਆਂ ਨੇ ਉਹਨੂੰ ਆਪਾਂ ਕਹਿੰਦੇ ਹਾਂ ਜੀ ਲਿਵਿੰਗ ਥਿੰਗਸ, ਠੀਕ ਹੈ? ਸੋ ਲਿਵਿੰਗ ਦੇ ਵਿੱਚ ਪਲਾਂਟ ਐਂਡ ਐਨੀਮਲ ਸਾਰੇ ਆ ਗਏ, ਠੀਕ ਹੈ ਜੀ? ਦੂਜੇ ਪਾਸੇ ਜੇ ਡਾਇਵਰਸਿਟੀ ਦੀ ਗੱਲ ਕਰਦੇ ਹਾਂ, ਵਿਭਿੰਨਤਾ ਹੁੰਦੀ ਹੈ ਕਿ ਬਹੁਤ ਤਰੀ ਤਰ੍ਹਾਂ ਦੇ ਬਾਂਦਰ ਪਾਏ ਜਾਂਦੇ ਨੇ, ਤੁਹਾਨੂੰ ਪਤਾ ਹੀ ਹੈ। ਅਗਰ ਤੁਹਾਡੇ 'ਚ ਕੋਈ ਲਾਈਕ ਕਿਸੇ ਜ਼ੂ ਦੇ ਵਿੱਚ ਗਿਆ ਹੋਊਗਾ, ਤੁਹਾਨੂੰ ਪਤਾ ਹੋਊਗਾ ਕਿ ਵਰਾਇਟੀ ਆਫ ਮੰਕੀਜ਼ ਹੁੰਦੇ ਨੇ, ਠੀਕ ਹੈ? ਸੋ ਵਰਾਇਟੀ ਆਫ ਟ੍ਰੀਜ਼ ਹੁੰਦੇ ਨੇ, ਵਰਾਇਟੀ ਆਫ ਪਲਾਂਟਸ ਹੁੰਦੇ ਨੇ, ਸਾਨੂੰ ਸਭ ਨੂੰ ਪਤਾ ਹੈ। ਤਾਂ ਉਸੇ ਦਿਨ ਨੂੰ ਹੀ ਬਣਾਉਣ ਵਾਸਤੇ 22 ਮਈ ਹੈ ਜਿਹੜੀ ਉਹ ਰੱਖੀ ਗਈ ਹੈ। ਤਾਂ ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਨੇ 1993 ਦੇ ਵਿੱਚ ਇਸਟੈਬਲਿਸ਼ ਕੀਤਾ ਸੀ ਇਹ ਦਿਨ, ਇਹ ਯਾਦ ਰੱਖਣਾ। ਤੇ ਦੂਜੀ ਗੱਲ, ਇਹਦਾ ਮੇਨ ਏਜੰਡਾ ਕੀ ਹੁੰਦਾ? ਸਸਟੇਨੇਬਲ ਡਿਵੈਲਪਮੈਂਟ ਗੋਲ, ਜੋ ਕਿ 2015 ਦਾ ਏਜੰਡਾ ਸੀਗਾ, ਜਿਹਦੇ ਵਿੱਚ ਗਲੋਬਲ ਇਸ਼ੂਜ਼ ਬਾਰੇ ਗੱਲ ਕਰੀ ਸੀ, ਠੀਕ ਹੈ? 1992 ਤੋਂ ਲੈ ਕੇ ਨਾ, ਐਕਚੁਅਲ ਦੇ ਵਿੱਚ 1992 'ਚ ਇੱਕ ਚੀਜ਼ ਹੋਈ ਸੀ, ਮੈਂ ਤੁਹਾਨੂੰ ਦੱਸਦਾ।
ਤੇ 1992 ਦੇ ਵਿੱਚ ਰੀਓ ਦੇ ਨਾਲ ਜਨਾਰਥ ਜੋ ਅਰਥ ਸਬਮਿਟ ਹੋਈ ਸੀ, ਅਰਥ ਲੈਵਲ ਦੇ ਉੱਤੇ ਜੋ ਗੱਲਬਾਤ ਕੀਤੀ ਸੀ। ਦੇਖੋ ਹਰ ਚੀਜ਼ ਇੱਥੇ ਮੈਂ ਸਿੰਪਲ ਜੀ ਗੱਲ ਸਮਝਾਵਾਂ, ਇਹ ਨਾ ਇਹ ਅਰਥ ਹੈ, ਸਿੰਪਲ ਇਹ ਅਰਥ ਹੈ। ਆਪਾਂ ਇੱਥੇ ਅਰਥ ਦੇ ਉੱਤੇ ਬੈਠੇ ਹਾਂ, ਆਪਾਂ ਕਹਿੰਦੇ ਸਾਨੂੰ ਆਹ ਚਾਹੀਦਾ ਹੈ, ਮੈਨੂੰ ਆਹ ਚਾਹੀਦਾ, ਇਹ ਕਹਿੰਦਾ ਮੈਨੂੰ ਆਹ ਚਾਹੀਦਾ, ਇਹ ਮੈਨੂੰ ਆਹ ਚਾਹੀਦਾ, ਮਤਲਬ ਆਪਸ 'ਚ ਆਪਾਂ ਆਪਣੀ ਭੀੜ 'ਚ ਲੱਗੇ ਹੋਏ ਹਾਂ, ਲੇਕਿਨ ਕੋਈ ਨਹੀਂ ਦੇਖਦਾ ਕਿ ਸਾਨੂੰ ਅਰਥ ਚਾਹੀਦਾ, ਕਿਉਂਕਿ ਅਰਥ ਦੇ ਨਾਲ ਹੀ ਅਸੀਂ ਹਾਂ। ਜੇ ਅਰਥ ਡਿਸਟਰੋਏ ਕਰਾਂਗੇ ਤਾਂ ਸਾਡਾ ਵੀ ਵਿਨਾਸ਼ ਬਹੁਤ ਜਲਦੀ ਹੋਣ ਵਾਲਾ ਹੈ। ਅਗਰ ਆਪਾਂ ਅੱਜ ਦੇ 50 ਸਾਲ ਨੂੰ ਦੇਖਦੇ ਹਾਂ ਜਾਂ 60 ਸਾਲ ਨੂੰ ਦੇਖ ਰਹੇ ਹਾਂ ਜਾਂ ਆਪਣੀ ਏਜ ਨੂੰ ਦੇਖ ਲੈਂਦੇ ਹਾਂ, ਲੇਕਿਨ ਆਪਾਂ ਆਪਣੇ ਬੱਚਿਆਂ ਦੇ ਆਪਣੇ ਫਿਊਚਰ ਨੂੰ ਆਪਾਂ ਸਿਕਿਓਰ ਹੈ ਜਿਹੜਾ ਨਹੀਂ ਕਰ ਰਹੇ, ਸੋ ਜੋ ਕਿ ਬਹੁਤ ਜ਼ਿਆਦਾ ਜ਼ਰੂਰੀ ਚੀਜ਼ ਹੈ। ਸੋ ਇਹੋ ਜਿਹਾ ਜਿਹੜਾ ਸਬਮਿਟ ਹੈ, ਇਹਦੇ ਵਿੱਚ ਸਾਰੀਆਂ ਜਿਹੜੀਆਂ ਵੀ ਨੇਸ਼ਨ ਸੀਗੇ ਉਹਨਾਂ ਸਾਰਿਆਂ ਨੇ ਸਬਮਿਟ ਕੀਤੀ ਸੀ ਕਿ ਅਰਥ ਨੂੰ ਬਚਾਉਣ ਲਈ ਬਹੁਤ ਬਹੁਤ ਚੀਜ਼ਾਂ ਗੱਲਾਂ ਕੀਤੀਆਂ, ਜਿਹਦੇ ਵਿੱਚੋਂ ਇੱਕ ਪੁਆਇੰਟ ਇਹ ਵੀ ਸੀਗਾ ਇੰਟਰਨੈਸ਼ਨਲ ਡੇ ਆਫ ਬਾਇਓਲੋਜੀਕਲ ਡਾਇਵਰਸਿਟੀ, ਯਾਨੀ ਕਿ ਡਾਇਵਰਸਿਟੀ ਦਾ ਵੀ ਧਿਆਨ ਰੱਖਿਆ ਜਾਵੇ ਪੂਰੇ ਦੇ ਪੂਰੇ ਬਾਇਓਲੋਜੀਕਲ ਸਫੇਅਰ ਦੇ ਵਿੱਚ ਜਿਹੜੀਆਂ ਮਿਲਦੀਆਂ ਨੇ। ਠੀਕ ਹੈ, ਸੋ ਅਗਲਾ ਆ ਗਿਆ ਫੀਫਾ। ਸੋ ਫੀਫਾ ਫਾਊਂਡੇਸ਼ਨ ਡੇ ਸੀਗਾ 21 ਮਈ ਨੂੰ। ਫੀਫਾ ਜਿਹੜਾ ਨਾਮ ਹੁੰਦਾ ਹੈ ਫੈਡਰੇਸ਼ਨ ਇੰਟਰਨੈਸ਼ਨਲ ਦ ਫੁੱਟਬਾਲ ਐਸੋਸੀਏਸ਼ਨ, ਜੋ ਕਿ ਪੈਰਿਸ ਦੇ ਵਿੱਚ ਸਭ ਤੋਂ ਪਹਿਲਾਂ ਪਾਈ ਗਈ ਸੀ ਜਾਂ ਮਿਲੀ ਸੀ, ਠੀਕ ਹੈ, ਜਾਂ ਫਾਊਂਡ ਕੀਤੀ ਗਈ ਸੀ ਕਹਿ ਲਓ, ਸ਼ੁਰੂਆਤ ਕੀਤੀ ਗਈ ਸੀ ਕਹਿ ਲਓ 1904 ਦੇ ਵਿੱਚ। ਠੀਕ ਹੈ, ਫੋਰ ਦਾ ਗੇਮ ਫੋਰ ਦਾ ਵਰਲਡ। ਸੋ ਇਹਦੀ ਜੇ ਫਾਊਂਡੇਸ਼ਨ ਦੀ ਗੱਲ ਕਰਦੇ ਹਾਂ ਤਾਂ 21 ਮਈ 1904 ਦੇ ਵਿੱਚ ਪੈਰਿਸ ਦੇ ਵਿੱਚ ਫਾਊਂਡ ਹੋਈ, ਮਤਲਬ ਇਹਦੀ ਗੱਲ ਸਥਾਪਨਾ ਹੋਈ। ਇਟ ਇਜ਼ ਅ ਇੰਟਰਨੈਸ਼ਨਲ ਸੈਲਫ ਰੈਗੂਲੇਟਰੀ, ਮਤਲਬ ਇਹ ਖੁਦ ਹੀ ਗਵਰਨ ਕਰਦੀ ਆ ਆਪਣੀ ਫੁੱਟਬਾਲ, ਇੱਕ ਬਾਡੀ ਹੈ। ਠੀਕ ਹੈ, ਤੇ ਇਹਦਾ ਜਿਹੜਾ ਹੈੱਡਕੁਆਟਰ ਉਹ ਕਿੱਥੇ, ਜ਼ੁਰਿਚ ਦੇ ਵਿੱਚ, ਜੋ ਕਿ ਸਵਿਟਜ਼ਰਲੈਂਡ ਦੇ ਵਿੱਚ ਇੱਕ ਜਗ੍ਹਾ ਹੈ, ਤੇ ਇਹਦੇ ਵਿੱਚ 211 ਨੈਸ਼ਨਲ ਐਸੋਸੀਏਸ਼ਨਸ ਨੇ ਜਿਹੜੀਆਂ ਉਹ ਇਕੱਠੀਆਂ ਹੋਈਆਂ ਹੋਈਆਂ ਨੇ। ਸਿਕਿਉਰਿਟੀ ਜਨਰਲ ਦੀ ਗੱਲ ਕਰਦੇ ਹਾਂ ਤਾਂ ਮੈਟੀਆਸ ਗ੍ਰਾਫਟ ਗ੍ਰਾਫਟ ਸਟ੍ਰੋਮ ਹੈ, ਤੇ ਪ੍ਰੈਜ਼ੀਡੈਂਟ ਸਾਹਿਬ ਹੈਗੇ ਨੇ ਗਿਆਨੀ ਇਨਫੈਂਟਿਨੋ। ਠੀਕ ਹੈ, ਤਾਂ ਪਹਿਲੇ ਪ੍ਰੈਜ਼ੀਡੈਂਟ ਕੌਣ ਸੀ ਜੀ, ਪਹਿਲੇ ਪ੍ਰੈਜ਼ੀਡੈਂਟ ਸੀਗੇ ਰੋਬਰਟ ਗੋਰੇ। ਠੀਕ ਹੈ, ਸੋ ਇਹ 3 ਪੁਆਇੰਟਸ ਵੀ ਯਾਦ ਰੱਖਣੇ ਨੇ। ਸਟੈਟਿਕ ਪੁਆਇੰਟਸ ਦੇ ਨਾਲ ਤੁਹਾਨੂੰ ਮੈਂ ਡੇ ਵੀ ਦੱਸਤਾ, ਕਰੰਟ ਵੀ ਦੱਸਤਾ ਤੇ ਸਟੈਟਿਕ ਦੱਸਤਾ, ਦੋਨੋਂ ਚੀਜ਼ਾਂ ਤੁਹਾਨੂੰ ਕਲੀਅਰ ਹੋ ਗਈਆਂ ਹੋਣੀਆਂ, ਆਈ ਹੋਪ। ਠੀਕ ਹੈ, ਨੈਕਸਟ ਪੁਆਇੰਟ ਤੇ ਚੱਲਦੇ ਹਾਂ। ਪਾਕਿਸਤਾਨੀ ਕਲਾਈਮੇਟ, ਦੇਖੋ ਪਹਿਲੀ ਵਾਰੀ ਪਾਕਿਸਤਾਨ ਦਾ ਨਾਮ ਵੀ ਅੱਗੇ ਆਉਂਦਾ ਹੈ, ਦੇਖੋ ਕੁਛ ਨਾ ਕੁਛ ਤਾਂ ਕਰਦਾ ਹੀ ਹੈ ਨਾ ਹਰ ਦੇਸ਼, ਤਾਂ ਪਾਕਿਸਤਾਨ ਦਾ ਇਹ ਦੂਜਾ ਪਰਸਨ ਹੈ ਜਿਹੜਾ ਮਾਊਂਟ ਐਵਰੈਸਟ ਤੇ ਚੜ੍ਹਿਆ। ਮਾਊਂਟ ਐਵਰੈਸਟ ਦੀ ਉਚਾਈ ਕਿੰਨੀ ਹੈ, 8,848 ਜੋ ਬੁੱਕਸ ਦੇ ਵਿੱਚ ਹੈ, ਲੇਕਿਨ ਅੱਜ ਦੇ ਟਾਈਮ 'ਚ ਜੇ ਆਪਾਂ ਗੱਲ ਕਰੀਏ 849 ਵੀ ਹੁੰਦੀ ਹੈ ਤੇ 8,850 ਵੀ ਕਹਿ ਸਕਦੇ ਹਾਂ। ਠੀਕ ਹੈ, ਸੋ ਆਪਸ਼ਨ ਇਹ ਤਿੰਨੋਂ ਹੋ ਸਕਦੇ ਹੈ। ਸੋ ਮਾਊਂਟ ਐਵਰੈਸਟ ਜੋ ਕਿ ਸਭ ਤੋਂ ਉੱਚਾ ਦੁਨੀਆ ਦਾ ਇੱਕ ਪੁਆਇੰਟ ਹੈ, ਜਿਹਦੇ ਉੱਤੇ ਪਾਕਿਸਤਾਨ ਦਾ ਇੱਕ ਪਰਸਨ ਹੈ ਜਿਹਦਾ ਨਾਮ ਕੀ ਹੈ, ਸਿਰਬਾਜ ਖਾਨ, ਉਹ ਦੂਜੇ ਪਰਸਨ ਬਣੇ ਨੇ। ਪਹਿਲੀ ਗੱਲ ਤੁਸੀਂ ਇਹ ਦੱਸਣਾ ਕਿ ਪਾਕਿਸਤਾਨੀ ਜਿਹੜੇ ਪਹਿਲੇ ਨੇ ਉਹ ਦੱਸਣੇ ਨੇ, ਦੂਜੇ ਇਹ ਬਣ ਗਏ ਨੇ ਜੋ ਕਿ ਬਿਨਾਂ ਆਕਸੀਜਨ ਤੋਂ ਪਹੁੰਚੇ, ਵਿਦਾਊਟ ਆਕਸੀਜਨ ਇਹਨਾਂ ਨੇ ਉਸ ਚੜ੍ਹਾਈ ਨੂੰ ਫਤਿਹ ਕੀਤਾ। ਠੀਕ ਹੈ, ਮਾਊਂਟ ਐਵਰੈਸਟ ਦੀ ਚੜ੍ਹਾਈ ਨੂੰ ਸਿਰਬਾਜ ਖਾਨ, ਇਹਨਾਂ ਦਾ ਨਾਮ ਹੈ, ਪਾਕਿਸਤਾਨ ਇਹਨਾਂ ਦਾ ਦੇਸ਼। ਠੀਕ ਹੈ, ਸੋ ਇਹ ਸੈਕਿੰਡ ਪਾਕਿਸਤਾਨੀ ਹੋ ਗਏ। ਫਸਟ ਦਾ ਆਂਸਰ ਤੁਸੀਂ ਕਮੈਂਟ ਸੈਕਸ਼ਨ ਜ਼ਰੂਰ ਦੱਸਣਾ ਕਿ ਪਹਿਲੇ ਕੌਣ ਸੀ। ਠੀਕ ਹੈ, ਸੋ ਖਾਨ ਏਮ ਟੂ ਬੀ ਫਸਟ ਪਾਕਿਸਤਾਨੀ ਟੂ ਕਲਾਈਮ ਆਲ, ਜੇ ਪਹਿਲਾ ਪਾਕਿਸਤਾਨੀ ਇਹ ਬਣਨ ਜਾ ਰਿਹਾ ਹੈ ਕਿ 14 ਪੀਕਸ ਤੇ ਇਹ ਚੜ੍ਹ ਚੁੱਕਾ ਹੈ। ਠੀਕ ਹੈ, ਜਿਹਦੇ ਵਿੱਚੋਂ 13 ਦੇ ਇਹ ਚੜ੍ਹ ਚੁੱਕਾ ਹੈ, 18,000 ਮੀਟਰ ਤੋਂ ਉੱਚੀਆਂ ਵਾਲੀਆਂ ਉਚਾਈਆਂ। ਠੀਕ ਹੈ, ਸੋ ਆਕਸੀਜਨ ਦੀ ਸਪੋਰਟ ਨਾਲ ਇਹਨਾਂ 'ਚੋਂ ਸਿਰਫ ਦੋ ਨਾਲ ਹੀ ਚੱਲਿਆ, ਬਾਕੀ ਸਾਰਿਆਂ 'ਚ ਇਹ ਬਿਨਾਂ ਆਕਸੀਜਨ ਤੋਂ ਗਿਆ ਪਰਸਨ। ਠੀਕ ਹੈ, ਸੋ ਇੰਪੋਰਟੈਂਟ ਹੈ ਸਿਰਬਾਜ਼ ਖਾਨ ਦਾ ਨਾਮ, ਪਾਕਿਸਤਾਨ ਦਾ ਨਾਮ। ਹੀ ਬਿਗੇਨ ਐਸ ਏ ਮਾਊਂਟੇਨੀਅਰ ਕੈਰੀਅਰ, ਇਹਨਾਂ 2016 ਦੇ ਵਿੱਚ ਆਪਣਾ ਕਰੀਅਰ ਜਿਹੜਾ ਸ਼ੁਰੂਆਤ ਕੀਤਾ ਸੀ, ਤੇ ਸਿੰਸ ਬਿਕਮ ਅ ਪਾਇਨੀਅਰਿੰਗ ਫਿਗਰ ਇਨ ਪਾਕਿਸਤਾਨੀ ਹਾਈ ਅਲਟੀਟਿਊਡ ਕਲਾਈਮਿੰਗ, ਤਾਂ ਉਦੋਂ ਤੋਂ ਇਹਨਾਂ ਦਾ ਇੱਕ ਮੇਨ ਮੁੱਦਾ ਰਿਹਾ ਹੈ ਕਿ ਉਚਾਈ 'ਤੇ ਚੜ੍ਹਨਾ, ਚੜ੍ਹਾਈ ਕਰਨੀ ਹੈ ਤੇ ਪਹਿਲੇ ਨੰਬਰ 'ਤੇ ਰਹਿਣਾ। ਠੀਕ ਹੈ, ਸੋ ਇਹ ਚੀਜ਼ ਯਾਦ ਰੱਖਣੀ ਹੈ, ਸਿਰਬਾਜ਼ ਖਾਨ ਦਾ ਨਾਮ ਇੰਪੋਰਟੈਂਟ ਹੈ। ਅੱਗੇ ਆ ਗਿਆ ਇਗਾ ਸਵੇਟਿਕ, ਇਗਾ ਸਵੇਟਿਕ ਇਹਨਾਂ ਨੇ ਇਟਾਲੀਅਨ ਓਪਨ ਹੈ ਜਿਹੜਾ ਟਾਈਟਲ ਉਹ ਜਿੱਤਿਆ, ਇਟਾਲੀ ਮਤਲਬ ਕਿ ਇਟਲੀ 'ਚ ਹੋਣ ਵਾਲਾ, ਜਿਵੇਂ ਤੁਹਾਨੂੰ ਦੱਸ ਰਿਹਾ ਕਿ ਲੋਕੇਸ਼ਨ ਜਿਹੜੀ ਹੈਗੀ ਹੈ
ਉਹ ਇਟਲੀ ਰੋਮ ਦੇ ਵਿੱਚ ਹੈ ਲੋਕੇਟਿਡ, ਠੀਕ ਹੈ। ਤੇ ਵਿਕਟਰੀ ਕੀ ਹੈ ਜੀ, ਤੁਸੀਂ ਦੱਸਿਆ ਕਿ ਈਗਾ ਸਵੈਟਿਕ ਨੇ ਜਿਹੜੇ ਉਹਨਾਂ ਨੇ ਅਰੀਆਨਾ ਜਿਹੜੇ ਸਾਬਲਿੰਕਾ ਨੇ ਉਹਨਾਂ ਨੂੰ ਹਰਾਇਆ, ਠੀਕ ਹੈ। ਸੋ ਇਹ ਪੋਲੈਂਡ ਦੇ ਖਿਡਾਰੀ ਨੇ, ਮਤਲਬ ਖਿਡਾਰਨ ਨੇ, ਠੀਕ ਹੈ। ਇਹਨਾਂ ਦਾ ਕਰੀਅਰ ਦਾ ਜੇ ਆਪਾਂ ਗੱਲ ਕਰਦੇ ਹਾਂ ਤਾਂ ਇਹਨਾਂ ਨੇ ਕਰੀਅਰ ਆਪਣਾ ਟਾਈਟਲਸ ਨੂੰ ਐਕਸਟੈਂਡ ਕੀਤਾ, ਇਹਨਾਂ ਨੇ 12 ਮੈਚਾਂ ਦੇ ਵਿੱਚ 21 ਟਾਈਟਲ ਜਿੱਤੇ ਨੇ, ਠੀਕ ਹੈ, ਖਿਤਾਬ ਜਿੱਤੇ ਨੇ ਅਲੱਗ ਅਲੱਗ ਤਰੀਕੇ ਨਾਲ, ਠੀਕ ਹੈ। ਫ੍ਰੈਂਚ ਓਪਨ ਦੇ ਵਿੱਚ ਇਹਨਾਂ ਦੀ ਹੁਣ ਅੱਗੇ ਲਾ ਲਓ ਐਂਟਰੀ ਹੈ, ਲਗਾ ਲਓ ਜਾਂ ਕੁਛ ਇਸ ਚੀਜ਼ ਲਗਾ ਲਓ ਕਿ ਇਹਨਾਂ ਦਾ ਜਿਹੜਾ ਖਿਤਾਬ ਹੈ ਉਹ ਇਟਾਲੀਅਨ ਓਪਨ। ਵੈਸੇ ਤਾਂ ਬਹੁਤ ਸਾਰੇ ਓਪਨ ਟਾਈਟਲਸ ਹੁੰਦੇ ਨੇ, ਇਟਾਲੀਅਨ ਓਪਨ ਹੁੰਦਾ ਹੈ, ਠੀਕ ਹੈ, ਫ੍ਰੈਂਚ ਓਪਨ ਹੁੰਦਾ ਹੈ, ਠੀਕ ਹੈ, ਇਸ ਤਰੀਕੇ ਨਾਲ US ਓਪਨ ਵੀ ਹੁੰਦਾ ਹੈ। ਉਹ ਸਾਰੇ ਸਾਰੇ ਓਪਨ ਟਾਈਟਲਸ ਜਿਹੜੇ ਨੇ ਉਹ ਕਿਹਦੇ ਨਾਲ ਰਿਲੇਟਡ ਨੇ ਜੀ, ਟੈਨਿਸ ਨਾਲ, ਠੀਕ ਹੈ। ਸੋ ਇੰਪੋਰਟੈਂਟ ਪੁਆਇੰਟ ਕਲੀਅਰ ਹੋ ਗਿਆ ਸਭ ਨੂੰ, ਚਲੋ ਜੀ ਨੈਕਸਟ ਤੇ ਚੱਲਦੇ ਹਾਂ ਜੀ। ਐਲਨ ਮਸਕ ਬਹੁਤ ਇੰਪੋਰਟੈਂਟ ਪਰਸਨ ਆਫ ਦਾ ਵਰਲਡ। ਐਲਨ ਮਸਕ ਬਾਰੇ ਇੱਕ ਜਾਣਕਾਰੀ ਇਹ ਲੈ ਲਓ ਕਿ ਇਦਾਂ ਦਾ ਐਂਟਰਪ੍ਰੀਨਿਓਰ ਹੈ ਕਹਿੰਦਾ ਮੈਂ ਦੁਨੀਆ ਦੇ ਰਾਜ ਕਰਨਾ। ਤਾਂ ਦੇਖੋ ਧਿਆਨ ਨਾਲ, ਇਹਨੇ ਇੱਕ ਚੀਜ਼ ਬਣਾਈ ਸੀਗੀ ਸਟਾਰਲਿੰਗ। ਸੋ ਇਸ ਪਰਸਨ ਨੇ ਸਟਾਰਲਿੰਗ ਚੀਜ਼ ਬਣਾਈ ਸੀ। ਆਈ ਹੋਪ ਤੁਸੀਂ ਸਾਰਿਆਂ ਨੇ ਇੱਕ ਚੀਜ਼ ਦੇਖੀ ਹੋਣੀ ਕਿ ਕੁਛ ਇਸ ਤਰੀਕੇ ਨਾਲ ਅਰਥ ਦੇ ਉੱਤੇ ਦੇਖਣ ਨੂੰ ਮਿਲਿਆ ਸੀ ਕੁਛ, ਇੱਕ ਚਮਚਕ ਮਾਨ ਦੀ ਇੱਕ ਗੱਡੀ, ਠੀਕ ਹੈ, ਗੱਡੀ ਵਾਂਗੂ ਜਾ ਰਹੀ ਸੀ। ਲੋਕਾਂ ਨੇ ਕਿਹਾ ਸੀ ਕਿ ਉਹ ਸਾਡੇ ਭਗਵਾਨ ਨੇ, ਕਿਸੇ ਨੇ ਕਿਹਾ ਸੀ ਸਾਡੇ ਭਗਵਾਨ ਨੇ, ਲੇਕਿਨ ਉਹ ਭਗਵਾਨ ਨਹੀਂ ਸੀਗੇ ਜੀ, ਉਹ ਕੀ ਸੀਗੇ, ਇੱਕ ਸਟਾਰ ਲਿੰਕ ਵਾਲਿਆਂ ਦਾ ਇੱਕ ਵਾਈਫਾਈ ਦਾ ਕਨੈਕਸ਼ਨ ਬਣਾਉਣ ਵਾਸਤੇ ਨੈੱਟ ਸੇਵਾਵਾਂ ਨੇ ਜਿਹੜੀਆਂ ਉਹ ਸਟਾਰਟ ਕਰਨ ਵਾਸਤੇ ਇੱਕ ਕਹਿ ਲਓ ਵੀ ਇੱਕ ਸੈਟੇਲਾਈਟ ਸੀਗਾ, ਠੀਕ ਹੈ, ਜੋ ਛੱਡਿਆ ਗਈ ਨਹੀਂ ਸੀਗਾ ਜੀ, ਐਲਨ ਮਸਕ ਸਾਹਿਬ ਨੇ ਛੱਡਿਆ ਸੀ, ਠੀਕ ਹੈ। ਸੋ ਇਹਨਾਂ ਨੇ ਇੰਡੋਨੇਸ਼ੀਆ ਦੇ ਵਿੱਚ ਵੀ ਇੱਕ ਸਟਾਰ ਲਿੰਕ ਦੀ ਜਿਹੜੀ ਕਿਆ ਨਾਮ ਹੈ ਸਰਵਿਸ ਹੈ ਜਿਹੜੀ ਸ਼ੁਰੂਆਤ ਕੀਤੀ ਹੈ ਉਹਦੀ ਸੇਵਾ ਦੀ, ਬਾਲੀ ਦੇ ਵਿੱਚ ਇਨੋਗਰੇਟ ਕੀਤੀ ਹੈ ਜੀ, ਤਾਂ ਕਿ ਉੱਥੋਂ ਦੇ ਰਹਿਣ ਵਾਲੇ ਲੋਕ ਨੇ ਜਿਹੜੇ ਜਿਨ੍ਹਾਂ ਤੱਕ ਨੈੱਟ ਨਹੀਂ ਪਹੁੰਚ ਸਕਦਾ ਉਹਨਾਂ ਤੱਕ ਵੀ ਨੈੱਟ ਪਹੁੰਚੇ ਔਰ ਉਹਨਾਂ ਨੂੰ ਫ੍ਰੀ ਦੇ ਵਿੱਚ ਲੱਖਾਂ ਲੋਕਾਂ ਨੂੰ ਲਾਭ ਹੋਵੇ, ਠੀਕ ਹੈ। ਸੋ ਇਹ ਮੇਨ ਮਕਸਦ ਹੈ। ਜੇ ਆਪਾਂ ਗੱਲ ਕਰਦੇ ਹਾਂ ਤੇ 10,000 ਕਲੀਨਿਕਸ ਜੇ ਆਪਾਂ ਗੱਲ ਕਰੀਏ ਇੰਡੋਨੇਸ਼ੀਆ ਦੇ ਵਿੱਚ, ਤੇ ਉਹ ਉਹਨਾਂ ਨੂੰ ਪ੍ਰੋਵਾਈਡ ਕਰ ਸਕਦਾ ਹੈ, ਮਤਲਬ ਉਹਨਾਂ ਨੂੰ ਫੈਸਿਲਿਟੀਜ਼ ਦੇ ਸਕਦਾ ਹੈ, ਠੀਕ ਹੈ। ਹੈਲਥ ਫੈਸਿਲਿਟੀ ਨੂੰ ਲੈ ਕੇ ਇਹ ਜ਼ਿਆਦਾਤਰ ਸ਼ੁਰੂਆਤ ਕੀਤੀ ਗਈ ਹੈ ਸਟਾਰਲਿੰਕ ਦੀ ਐਲਨ ਮਸਕ ਦੇ ਵਿੱਚ ਦੁਆਰਾ। ਸਟਾਰਲਿੰਕ ਜਿਹੜਾ ਹੈ ਆਲਰੇਡੀ ਅਵੇਲੇਬਲ ਜਿਹੜਾ ਹੈ ਸਾਊਥ ਈਸਟ ਏਸ਼ੀਆ, ਮਲੇਸ਼ੀਆ ਤੇ ਫਿਲੀਪਾਈਨ ਜਿਹੜੀ ਕੰਟਰੀਜ਼ ਨੇ ਉਹਦੇ ਵਿੱਚ ਆਲਰੇਡੀ ਸ਼ੁਰੂਆਤ ਕਰ ਚੁੱਕਿਆ ਐਲਨ ਮਸਕ, ਠੀਕ ਹੈ, ਸਟਾਰਲਿੰਕ ਦੀ ਜੋ ਸੇਵਾਵਾਂ ਨੇ, ਠੀਕ ਹੈ, ਉਹਨੂੰ ਸ਼ੁਰੂ ਕਰ ਚੁੱਕਿਆ, ਹੁਣ ਰੀਸੈਂਟਲੀ ਇੰਡੋਨੇਸ਼ੀਆ ਦੇ ਵਿੱਚ ਹੋਇਆ। ਇਹਦੇ ਵਿੱਚ ਕਲੀਅਰ ਕਰ ਗਿਆ, ਇੰਡੋਨੇਸ਼ੀਆ ਦੀ ਜਿਹੜੀ ਨਵੀਂ ਬਣੀ ਕੈਪੀਟਲ ਹੈ ਨੁਸੰਤਰਾ, ਠੀਕ ਹੈ, ਉੱਥੇ ਸੇਵਾਵਾਂ ਨੇ ਜਿਹੜੀਆਂ ਉਹ ਜਲਦੀ ਸਟਾਰਟ ਹੋਣ ਜਾ ਰਹੀਆਂ ਨੇ ਪੂਰੀ ਦੀ ਪੂਰੀ, ਐਲਨ ਮਸਕ ਦੀ ਟੀਮ ਦਾ ਇਹ ਕਹਿਣਾ, ਠੀਕ ਹੈ। ਉਸ ਤੋਂ ਬਾਅਦ ਆ ਗਏ ਜੌਨ ਸਲੈਵਨ। ਸੋ ਜੌਨ ਸਲੈਵਨ ਜਿਹੜੇ ਕਿ ਵਾਈਸ ਚੇਅਰਮੈਨ ਬਣੇ ਨੇ ਐਲੂਮੀਨੀਅਮ ਇੰਸਟੀਟਿਊਟ, ਦੇਖੋ ਐਲੂਮੀਨੀਅਮ ਇੰਸਟੀਟਿਊਟ ਕੀ ਚੀਜ਼ ਹੈ, ਦੇਖੋ ਜੀ, ਜੌਨ ਸਲੇਵਨ ਜਿਹੜੇ ਨੇ ਉਹ CEO ਨੇ ਵਿਦਾਂਤਾ ਐਲੂਮੀਨੀਅਮ ਦੇ, ਇਹਨਾਂ ਨੂੰ ਅਪੁਆਇੰਟ ਕੀਤਾ ਗਿਆ ਵਾਈਸ ਚੇਅਰਮੈਨ ਆਫ ਇੰਟਰਨੈਸ਼ਨਲ ਐਲੂਮੀਨੀਅਮ ਇੰਸਟੀਟਿਊਟ। ਇੰਟਰਨੈਸ਼ਨਲ ਲੈਵਲ ਦੇ ਉੱਤੇ ਜੋ ਵੀ ਐਲੂਮੀਨੀਅਮ ਨਾਲ ਲਿੰਕ ਕੋਈ ਵੀ ਚੀਜ਼ ਹੁੰਦੀ ਹੈ ਉਹ ਇੰਸਟੀਟਿਊਟ ਉੱਥੇ ਪ੍ਰੋਵਾਈਡ ਕਰਦਾ ਹੈ ਚੀਜ਼ਾਂ ਨੂੰ, ਠੀਕ ਹੈ, ਉਹਨਾਂ ਨੂੰ ਦੇਖਦਾ ਹੈ ਤੇ ਹਰ ਇੱਕ ਚੀਜ਼ ਬਾਰੇ ਨੋਟਿਸ ਉੱਥੇ ਹੁੰਦਾ ਹੈ। ਜੇ ਆਪਾਂ ਗੱਲ ਕਰਦੇ 1972 ਦੇ ਵਿੱਚ ਇੱਕ ਆਰਗਨਾਈਜੇਸ਼ਨ ਬਣੀ ਸੀ IAI, ਠੀਕ ਹੈ, ਵਰਲਡ ਲੈਵਲ ਦੇ ਉੱਤੇ, ਜਿਹਦੇ ਵਿੱਚ ਐਲੂਮੀਨੀਅਮ ਦੀ ਕ੍ਰਿਟੀਕਲ ਰੋਲਸ ਨੇ ਜਿਹੜੇ ਉਹ ਸਮਝਾਏ ਜਾਂਦੇ ਨੇ ਜਾਂ ਦੱਸੇ ਜਾਂਦੇ ਨੇ ਜਾਂ ਉਹਨਾਂ ਬਾਰੇ ਗੱਲਬਾਤ ਕਰੀ ਜਾਂਦੀ ਹੈ ਜਾਂ ਕੰਮ ਵੀ ਕਰਿਆ ਜਾਂਦਾ ਹੈ। ਲੇਕਿਨ ਹੁਣ ਜੇ ਆਪਾਂ ਗੱਲ ਕਰੀਏ ਸਲੈਵਨ ਦਾ ਏਮ ਕੀ ਹੈ ਕਿ ਪੂਰੇ ਵਰਲਡ ਲੈਵਲ ਦੇ ਉੱਤੇ ਐਲੂਮੀਨੀਅਮ ਦੀ ਕ੍ਰਿਟੀਕਲ ਰੋਲਸ ਨੂੰ ਸ਼ੁਰੂ ਕਰੂਗਾ ਤੇ ਜਿਹੜਾ ਕਾਰਬਨ ਜ਼ੀਰੋ ਹੈ ਉਹਨੂੰ ਕਰ ਦੂਗਾ। ਕਾਰਬਨ ਦਾ ਮਤਲਬ ਕੀ ਹੁੰਦਾ ਕਿ ਜਿੰਨਾ ਵੀ ਆਪਣੇ ਅਰਥ ਦੇ ਉੱਤੇ ਆਲੇ ਦੁਆਲੇ ਜਿੰਨਾ ਵੀ ਆਪਣਾ ਲਾਈਕ ਐਟਮੋਸਫੇਅਰ ਹੈ ਉਹਦੇ ਵਿੱਚ ਜਿੰਨਾ ਵੀ ਪੋਲਿਊਸ਼ਨ ਹੈ ਉਹਦੇ ਵਿੱਚ ਕਾਰਬਨ ਹੋਊਗੀ। ਸੋ ਕਾਰਬਨ ਨੂੰ ਖਤਮ ਕਰਨ ਲਈ ਇਹਨਾਂ ਨੇ ਮੇਨ ਮੁੱਦਾ ਚੱਕਿਆ ਜੀ ਐਲੂਮੀਨੀਅਮ ਇੰਸਟੀਟਿਊਟ ਵਾਲਿਆਂ ਨੇ, ਜਿਹਦੇ ਵਿੱਚ ਵਾਈਸ ਚੇਅਰਮੈਨ ਬਣਾਇਆ ਗਿਆ ਜੀ। ਕਿਹਨੂੰ ਬਣਾਇਆ ਗਿਆ? ਜੌਲ ਸਲੈਵਨ, ਠੀਕ ਹੈ। ਸੋ ਜੇ ਆਪਾਂ ਗੱਲ ਕਰਦੇ ਹਾਂ ਲਾਰਜੈਸਟ ਐਲੂਮੀਨੀਅਮ ਪ੍ਰੋਡਿਊਸਿੰਗ ਕੰਟਰੀਜ਼ ਜਿਹੜੀਆਂ ਨੇ ਉਹ ਕਿਹੜੀਆਂ ਨੇ ਵਰਲਡ ਲੈਵਲ ਉੱਤੇ? ਚਾਈਨਾ ਜੀ ਪਹਿਲੇ ਨੰਬਰ 'ਤੇ, ਰਸ਼ੀਆ ਦੂਜੇ ਨੰਬਰ 'ਤੇ, ਤੀਜੇ 'ਤੇ ਇੰਡੀਆ ਅਤੇ ਚੌਥੇ 'ਤੇ ਕੈਨੇਡਾ ਅਤੇ UAE, ਅਰਬ ਕੰਟਰੀਜ਼ ਵੀ ਇਹਦੇ ਨਾਲ
ਲਿੰਕ ਨੇ, ਠੀਕ ਹੈ। ਸੋ ਧਿਆਨ ਰੱਖਣਾ ਇਹਨਾਂ ਬਾਰੇ ਕਿ ਅਲਮੀਨੀਅਮ ਪ੍ਰੋਡਿਊਸਿੰਗ ਕੰਟਰੀਜ਼ ਦੇ ਵਿੱਚ ਇਹਨਾਂ ਪੰਜਾਂ ਕੰਟਰੀਜ਼ ਦਾ ਨਾਮ ਆਉਂਦਾ, ਜਿਹਦੇ ਵਿੱਚੋਂ ਇੰਡੀਆ ਵੀ ਹੈ ਤੀਜੇ ਨੰਬਰ ਤੇ, ਠੀਕ ਹੈ ਜੀ। ਨੈਕਸਟ ਪੁਆਇੰਟ ਆ ਗਿਆ ਆਈਸੀਸੀ ਅਰੈਸਟ ਵਾਰੰਟ, ਕੈਨ ਇਜ਼ਰਾਈਲੀ ਪੀਐਮ ਨਿਤਨਯਾਹੂ ਨੂੰ ਅਰੈਸਟ ਕੀਤਾ ਜਾ ਸਕਦਾ। ਦੇਖੋ ਸਿੰਪਲ ਜੀ ਗੱਲ ਹੈ, ਹੁਣ ਇਹਨਾਂ ਅਟੈਕ ਹੋਇਆ, ਜਿਵੇਂ ਹਮਾਸ ਵਾਲਿਆਂ ਨੇ 1200 ਲੋਕ ਨੇ ਇਜ਼ਰਾਈਲ ਵਾਲਿਆਂ ਦੇ ਮਾਰਤੇ, ਇਜ਼ਰਾਈਲ ਵਾਲਿਆਂ ਨੇ 35,000 ਲੋਕ ਮਾਰਤੇ ਗਾਜ਼ਾ ਅਟੈਕ ਕਰਿਆ, ਠੀਕ ਹੈ। ਸੋ ਹੁਣ ਇਹ ਰੀਸੈਂਟਲੀ ਹੋ ਗਿਆ, ਇੱਕ ਬੰਦੇ ਨੇ 1200 ਮਾਰਤੇ, ਦੂਜੇ ਪਾਸੇ 35,000 ਮਾਰਤੇ। ਦੋਨੋਂ ਪਾਸੇ ਜੇ ਆਪਾਂ ਗੱਲ ਕਰੀਏ ਤਾਂ 124 ਕੰਟਰੀਜ਼ ਕਹਿੰਦੇ ਨੇ, 124 ਕੰਟਰੀਜ਼ ਜਿਹੜੇ ਬੰਦੇ ਨੇ ਉਹ ਇਹਨਾਂ ਨੂੰ ਲੱਭ ਰਹੇ ਨੇ, ਕਹਿਣ ਦਾ ਮਤਲਬ ਵੀ ਮੋਸਟ ਵਾਂਟਿਡ ਹੋ ਚੁੱਕੇ ਨੇ, ਠੀਕ ਹੈ। ਸੋ ਇਹ ਪਰਸਨਸ ਨੇ, ਇਹ ਕੰਟਰੀਜ਼ ਦੇ ਜਿਹੜੇ ਹੈੱਡ ਨੇ, ਇਹ ਮੋਸਟ ਵਾਂਟਿਡ ਹੋ ਚੁੱਕੇ ਨੇ 124 ਕੰਟਰੀਜ਼ ਦੇ ਵਿੱਚ, ਜਿਹਦੇ ਵਿੱਚ ਜੇ ਆਪਾਂ ਗੱਲ ਕਰੀਏ ਜੇ ਪਾਸ ਹੋ ਗਿਆ, ਕੋਰਟ ਨੇ ਇਹ ਵਿਡਿਕਟ ਪਾਸ ਕਰਤਾ, ਤਾਂ ਉਹਨਾਂ ਨੂੰ 30 ਸਾਲ ਦੀ ਸਜ਼ਾ ਹੋਊਗੀ। ਬਸ ਇਹ ਇੱਕ ਛੋਟੀ ਜਿਹੀ ਨਿਊਜ਼ ਸੀ ਜਿਹੜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਸੀ। ਆਈ ਹੋਪ ਤੁਸੀਂ ਇਹਦੇ ਬਾਰੇ ਅਵੇਅਰ ਹੋਵੋਗੇ, ਤੇ ਜੇ ਨਹੀਂ ਅਵੇਅਰ ਤਾਂ ਇਹਦੇ ਬਾਰੇ ਕੋਈ ਇਨਫੋਰਮੇਸ਼ਨ ਤਾਂ ਮੈਂ ਤੁਹਾਨੂੰ ਐਗਜੈਕਟਲੀ ਦੱਸੂਗਾ ਕੋਈ ਐਕਚੁਅਲ 'ਚ ਵੀਡੀਓ ਬਣਾ ਕੇ ਪ੍ਰੋਪਰਲੀ, ਠੀਕ ਹੈ। ਚਲੋ ਹੁਣ ਲਾਸਟ ਦੇ ਉੱਤੇ ਆ ਗਏ ਮਲਟੀਪਲ ਚੋਇਸ ਕੁਸ਼ਚਨ। ਮਲਟੀਪਲ ਚੋਇਸ ਕੁਸ਼ਚਨ 'ਚ ਪਹਿਲਾ ਕੁਸ਼ਚਨ ਆ ਗਿਆ, ਵਿਚ ਡੇ ਇਜ਼ ਆਬਜ਼ਰਵਡ ਐਜ਼ ਅ ਨੈਸ਼ਨਲ ਐਂਟੀ ਟੈਰਰਿਜ਼ਮ ਡੇ ਐਨੁਅਲੀ। ਹਰ ਸਾਲ ਜੇ ਆਪਾਂ ਗੱਲ ਕਰਦੇ ਹਾਂ ਰਾਸ਼ਟਰੀ ਅੱਤਵਾਦ ਵਿਰੋਧੀ ਦਿਵਸ ਕਦੋਂ ਮਨਾਇਆ ਜਾਂਦਾ ਹੈ? ਸੋ 21 ਮਈ ਨੂੰ ਮਨਾਇਆ ਜਾਂਦਾ ਹੈ ਸੀ, ਇਹਦਾ ਆਂਸਰ ਬੀ ਆਪਸ਼ਨ ਆ ਜਾਊਗਾ। ਸੋ ਬੀ ਆਪਸ਼ਨ ਆਂਸਰ ਕਿਉਂ ਆਊਗਾ? ਕਿਉਂਕਿ 21 ਮਈ ਨੂੰ ਜੀ ਸਾਡੇ ਜਿਹੜੇ ਰਾਜੀਵ ਗਾਂਧੀ ਸੀਗੇ ਪ੍ਰਾਈਮ ਮਿਨਿਸਟਰ, ਫਾਰਮਰ ਪ੍ਰਾਈਮ ਮਿਨਿਸਟਰ, ਉਹਨਾਂ ਦਾ ਉਹਨਾਂ ਨੂੰ ਮਾਰ ਦਿੱਤਾ ਗਿਆ ਸੀ ਲੇਟ ਜਿਹੜੇ ਨੇ ਬੋਂਬਰਸ ਦੁਆਰਾ, ਠੀਕ ਹੈ। ਸੋ 21 ਮਈ 1991 ਨੂੰ, ਠੀਕ ਹੈ। ਸੋ ਇਹ ਚੀਜ਼ਾਂ ਤੁਸੀਂ ਧਿਆਨ ਰੱਖਣਾ। ਸੋ ਇਹ ਦਿਨ ਜਿਹੜਾ ਸਾਨੂੰ ਦੱਸਦਾ ਹੈ ਕਿ ਆਪਾਂ ਨੇ ਪੀਸ ਰੱਖਣੀ ਹੈ, ਯੂਨਿਟੀ ਰੱਖਣੀ ਅਤੇ ਸਿਕਿਉਰਿਟੀ ਰੱਖਣੀ ਹੈ। ਇਹ 3 ਪੁਆਇੰਟਸ ਤੁਸੀਂ ਯਾਦ ਰੱਖਣੇ ਹੈ ਜ਼ਰੂਰ। ਅਤੇ ਐਂਟੀ ਟੈਰਰਿਜ਼ਮ ਡੇ 21 ਮਈ ਨੂੰ ਮਨਾਇਆ ਜਾਂਦਾ, 21 ਮਈ 1991 ਨੂੰ ਸਾਡੇ ਜਿਹੜੇ ਪ੍ਰਾਈਮ ਮਿਨਿਸਟਰ ਸੀਗੇ ਜੀ ਸ਼੍ਰੀ ਰਾਜੀਵ ਗਾਂਧੀ ਜੀ, ਉਹਨਾਂ ਦੀ ਹੱਤਿਆ ਕਰ ਦਿੱਤੀ ਗਈ ਸੀ, ਠੀਕ ਹੈ, ਅੱਤਵਾਦੀਆਂ ਦੁਆਰਾ। ਚਲੋ ਨੈਕਸਟ ਪੁਆਇੰਟ ਆ ਗਿਆ R21 ਮੈਟ੍ਰਿਕਸ ਐਮ ਵੈਕਸੀਨ ਜਿਹੜੀ ਜਿਹੜੀ ਲਾਂਚ ਹੋਈ ਹੈ ਰੀਸੈਂਟਲੀ, ਨਿਊਜ਼ ਦੇ ਵਿੱਚ ਦੇਖੀ ਗਈ ਹੈ, ਇਹ ਕਿਹੜੀ ਡਿਸੀਜ਼ ਬਾਰੇ ਪ੍ਰਵੈਂਸ਼ਨ ਬਾਰੇ ਹੈ? ਸੋ ਬੇਸਿਕਲੀ ਇਹਦਾ ਆਂਸਰ ਆ ਜਾਊਗਾ ਜੀ ਮਲੇਰੀਆ, ਕਿਉਂਕਿ ਮਲੇਰੀਆ ਬਾਰੇ ਇੱਕ ਗੱਲਬਾਤ ਫੈਲੀ ਗਈ ਸੀ ਅਫਰੀਕਾ 'ਚ। ਤੋਂ ਐਕਚੁਅਲ ਦੇ ਵਿੱਚ ਕੀ ਕਰ ਰਿਹਾ, ਜਿਹੜਾ ਸੀਰਮ ਇੰਸਟੀਟਿਊਟ ਆਫ ਇੰਡੀਆ ਨਾ, ਉਹਨੇ ਕਾਫੀ ਸਾਰੇ ਇੰਸਟੀਟਿਊਟਸ ਨਾਲ ਮਿਲ ਕੇ ਸਪੋਰਟ ਦੇ ਨਾਲ, ਆਕਸਫੋਰਡ ਯੂਨੀਵਰਸਿਟੀ, ਜ਼ੈਨਫਰ ਇੰਸਟੀਟਿਊਟ ਲਗਾ ਲਓ, SII ਲਗਾ ਲਓ, ਆਪਣੇ ਵਾਲਾ ਜਿਹੜਾ ਹੋ ਗਿਆ, ਇਟ ਰਿਸੀਵਡ ਸਪੋਰਟ ਫਰੋਮ EDCTP, ਠੀਕ ਹੈ, ਟਰੱਸਟ, ਵੈਲਕਮ ਟਰੱਸਟ, EIB। ਸੋ ਇਹੋ ਜਿਹੇ ਬਹੁਤ ਸਾਰੇ ਉਹਨਾਂ ਤੋਂ ਸਪੋਰਟ ਲੈ ਕੇ ਇਹਨਾਂ ਨਾਲ ਇਹ ਬਣਾਇਆ, ਇਹਨਾਂ ਚੀਜ਼ਾਂ ਨੂੰ ਡਿਵੈਲਪ ਕੀਤਾ ਗਿਆ। ਉਸ ਤੋਂ ਬਾਅਦ ਹੁਣ ਅਫਰੀਕਾ ਦੇ ਵਿੱਚ ਇਹਨੂੰ ਐਕਸਪੋਰਟ ਕੀਤਾ ਜਾ ਰਿਹਾ। ਸੋ ਇਹਦੀ ਦਵਾਈ ਜਾਂ ਵੈਕਸੀਨ ਦਾ ਨਾਮ ਹੈਗਾ R21 ਮੈਟ੍ਰਿਕਸ ਹੈ। ਇਹ ਯਾਦ ਰੱਖਣਾ, ਇਹ ਕਾਹਦੇ ਬਾਰੇ ਦਵਾਈ ਹੈ ਜੀ? ਮਲੇਰੀਆ ਬਾਰੇ ਦਵਾਈ ਹੈ, ਸਿੰਪਲ ਜੀ ਗੱਲ ਹੈ। ਅਫਰੀਕਨ ਕੰਟਰੀ 'ਚ ਸਭ ਤੋਂ ਜ਼ਿਆਦਾ ਮਲੇਰੀਆ ਫੈਲਦਾ, ਤਾਂ ਇਸ ਚੀਜ਼ ਦਾ ਧਿਆਨ ਤੁਸੀਂ ਰੱਖ ਸਕਦੇ ਹੋ, ਠੀਕ ਹੈ ਜੀ। ਨੈਕਸਟ ਕੁਸ਼ਚਨ ਆ ਗਿਆ ਕੁਸ਼ਚਨ ਆਫ ਦਾ ਡੇ। ਰੀਸੈਂਟਲੀ ਵਿਚ ਇੰਡੀਅਨ ਕ੍ਰੀਏਟਿਡ ਹਿਸਟਰੀ ਬਾਏ ਬਿਕਮਿੰਗ ਦ ਫਸਟ ਇੰਡੀਅਨ ਸਪੇਸ ਟੂਰਿਸਟ? ਸੋ ਭਾਰਤੀ ਪੁਲਾੜ ਯਾਤਰੀ ਬਣ ਕੇ ਇਤਿਹਾਸ ਰਚਿਆ ਜੀ। ਕਿਸ ਭਾਰਤੀ ਨੇ ਪਹਿਲਾ ਜਿਹੜਾ ਟੂਰਿਸਟ ਬਣ ਕੇ ਜਿਹੜਾ ਹੈ ਉਹ ਰਿਕਾਰਡ ਕਾਇਮ ਕੀਤਾ ਜਾਂ ਕ੍ਰੀਏਟ ਕਰੀਏ ਹਿਸਟਰੀ? ਤੁਸੀਂ ਇਹਦਾ ਆਂਸਰ ਜ਼ਰੂਰ ਦੱਸਣਾ ਹੈ ਕਮੈਂਟ ਸੈਕਸ਼ਨ 'ਚ। ਸੋ ਆਈ ਹੋਪ ਤੁਹਾਨੂੰ ਅੱਜ ਦੀਆਂ ਜਿਹੜੀਆਂ ਵੀਡੀਓਜ਼ ਨੇ ਉਹ ਪਸੰਦ ਵੀ ਆਈਆਂ ਨੇ। ਅਗਰ ਵਧੀਆ ਲੱਗੀਆਂ ਤਾਂ ਪਲੀਜ਼ ਲਾਈਕ ਜ਼ਰੂਰ ਕਰ ਦਿਓ ਨੀਚੋ, ਅਤੇ ਨਾਲ ਦੀ ਨਾਲ ਆਪਣੇ ਫਰੈਂਡ ਸਰਕਲ 'ਚ ਇਹ ਚੀਜ਼ ਸ਼ੇਅਰ ਕਰ ਦਿਓ, ਅਤੇ ਜ਼ਰੂਰ ਜ਼ਰੂਰ ਦੱਸੋ ਉਹਨਾਂ ਨੂੰ, ਕਿਉਂਕਿ ਕਰੰਟ ਅਫੇਅਰਸ ਜਿਹੜੇ ਨੇ ਮਸਟ ਨੇ ਬੇਟਾ ਜੀ, ਇਹਨਾਂ ਨੂੰ ਬਿਨਾਂ ਕੁਛ ਨਹੀਂ ਹੋ ਸਕਦਾ। ਬਹੁਤ ਜਲਦੀ ਤੁਹਾਡੇ ਲਈ ਮੈਂ ਮੰਥਲੀ ਕਰੰਟ ਅਫੇਅਰ ਦੀ ਕਲਾਸ ਜਿਹੜੀ ਕਿ ਲਾਈਵ ਕਲਾਸ ਦੇ ਵਿੱਚ ਲੈ ਕੇ ਆਊਂਗਾ ਬਹੁਤ ਜਲਦੀ। ਸੋ ਇਹਦੇ ਲਈ ਪ੍ਰਿਪੇਅਰ ਰਹੋ, ਕਿਉਂਕਿ ਕਰੰਟ ਅਫੇਅਰ ਕਰਦੇ ਰਹੋ 1 ਮੰਥ ਦੇ ਘੱਟੋ ਘੱਟ, ਠੀਕ ਹੈ। ਸੋ ਥੈਂਕ ਯੂ ਸੋ ਮਚ ਗਾਇ, ਥੈਂਕ ਯੂ ਫੋਰ ਵਾਚਿੰਗ। ਅਤੇ ਜਿਨ੍ਹਾਂ ਨੇ ਬੱਚਿਆਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲਓ। ਸੋ ਥੈਂਕ ਯੂ ਵੈਰੀ ਮਚ, ਥੈਂਕ ਯੂ ਫੋਰ ਵਾਚਿੰਗ ਗਾਈਸ।